नमस्कार दोस्तों, निरोग जीवन संस्थान के YouTube चैनल आरपी लाइव मीडिया में आपका स्वागत है। फाजिल्का के संदीप सिनेमा चौक से अपडेट आ रही है। यहां पर विजय कॉलोनी के निवासियों ने धरना लगा दिया है। यह धरना विजय कॉलोनी में से दूसरी कॉलोनी को रास्ता देने के लिए दीवार तोड़े जाने के बाद रोष रूप यहाँ पर लगाया गया। विजय कॉलोनी के निवासियों ने आरोप लगाया कि कॉलोनाइजर द्वारा उनकी कॉलोनी में से किसी दूसरी कॉलोनी को रास्ता देने के लिए उनकी कॉलोनी की दीवारें तोड़ी जा रही हैं। उनकी कॉलोनी में से दो गलियां अवैध रूप से निकाल दी गई हैं, जिसके चलते उनकी कॉलोनी अनसिक्योर हो गई है, जिससे वे खौफजदा हैं, जिसके चलते उन्होंने आज यहां पर धरना दिया। आपको लाइव कवरेज दिखा रहा हूं, बने रहे मेरे साथ, देखते रहे मेरा चैनल। किस वास्ते धरना दिया जा रहा है? जी, साडे विजय कॉलोनी दी आ चार गलियां सी, ये पूरी कॉलोनी बंद सी। ये विजय छाबड़ा लवली एंड कंपनी, ये जिहड़ी जाली फर्मा ने इन्हां ने मगरली कोई जमीन खरीदी हुई सी, वह जिहड़ी जमीन खरीदी हुई सी वह अज ही है। ਅੱਜ ਦੀ ਜਿਹੜੇ ਇਹਨਾਂ ਨੇ ਮਗਰੋਂ ਦੋ ਗਲੀਆਂ ਹੋਰ ਕੱਢ ਦਿੱਤੀਆਂ ਤੇ ਗੇਟ ਸਾਡੀ ਧੱਕੇ ਨਾਲ ਦੀਵਾਰ ਤੋੜ ਦਿੱਤੀ। 200-250 ਬੰਦਾ ਗੁੰਡਾ ਬੁਲਾ ਕੇ ਇਹਨਾਂ ਨੇ ਸਾਰੀ ਦੀਵਾਰ ਤੋੜ ਦਿੱਤੀ। ਸ਼ਰਾਬਾਂ ਵਿਆ ਕੇ ਸਰ ਦੇਣਾ ਜੀ, ਬੰਦ ਕਲੋਨੀ ਦਾ ਸਾਡਾ ਇਹਨਾਂ ਨਾਲ ਵਾਅਦਾ ਹੋਇਆ ਸੀ ਵੀ ਅਸੀਂ ਬੰਦ ਕਲੋਨੀ ਚਾਰ ਗਲੀਆਂ ਬੰਦ ਸੀ ਵਿਜੇ ਕਲੋਨੀ ਦੀਆਂ, ਉਹਦੇ ਵਿੱਚ ਸਾਡੇ ਕੋਈ ਮੋਟਰਸਾਈਕਲ ਬਾਹਰ ਖੜੇ ਨੇ ਜਾਂ ਸਾਡੀਆਂ ਕਾਰਾਂ ਖੜੀਆਂ ਨੇ। ਸਾਡੀ ਕਲੋਨੀ ਸੇਫ ਸੀ, ਸਾਡੇ ਘਰੇ ਕੋਈ ਵੀ ਚੱਕਲੀ ਜਨਾਨੀ ਸੀ ਕੋਈ ਐਂਟਰ ਨਹੀਂ ਕਰ ਸਕਦਾ ਸੀ। ਮਗਰੋਂ ਹੁਣ ਦੇਖੋ ਜਾ ਕੇ ਤੁਸੀਂ ਹਾਲ, ਤੁਸੀਂ ਵੀ ਪੱਤਰਕਾਰ ਜੇ ਮੇਰੇ ਭਰਾ ਜੇ ਅੱਗਾ ਵੇਖੋ ਸਾਡੀ ਗਲੀ ਦੇ ਵਿੱਚ ਤਾਂ ਅੱਜ ਤੋਂ ਹੀ ਚੋਰੀਆਂ ਆਉਣ ਦਾ ਡਰ ਹੋ ਗਿਆ। ਤੁਸੀਂ ਕੋਈ ਸ਼ਿਕਾਇਤ ਕੀਤੀ ਹੈ ਜੀ ਪ੍ਰਸ਼ਾਸਨ ਨੂੰ ਇਸ ਸੰਬੰਧ 'ਚ? ਪ੍ਰਸ਼ਾਸਨ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਕੀਤੀ। ਮਤਲਬ ਕਿ ਅਸੀਂ ਤਾਂ ਇਹ ਅਸੀਂ ਪ੍ਰਸ਼ਾਸਨ ਨੂੰ, ਪ੍ਰਸ਼ਾਸਨ ਕੀ ਹੈ ਜੀ, ਪ੍ਰਸ਼ਾਸਨ ਤਾਂ ਕਦੇ ਵੀ ਕੋਈ ਕਾਬੂ ਨਹੀਂ ਆਉਂਦਾ। ਪ੍ਰਸ਼ਾਸਨ ਧੱਕੇਸ਼ਾਹੀ, ਇਹਨਾਂ ਸਾਡੇ ਨਾਲ ਧੱਕੇਸ਼ਾਹੀ ਕਰ ਦਿੱਤੀ, ਹੁਣ ਅਸੀਂ ਇੱਥੇ ਧਰਨਾ ਲਾ ਦਿੱਤਾ, ਆਪੇ ਪ੍ਰਸ਼ਾਸਨ ਇੱਥੇ ਆ ਜਾਏਗਾ। ਆਪੇ ਕੀ ਮੰਗ ਕੀ ਹੈ ਜੀ ਤੁਹਾਡੀ? ਮੰਗ ਕੀ ਹੈ ਜੀ? ਮੰਗ ਕੀ ਹੈ? ਸਾਡੀ ਚਾਹ ਗੇਟ ਬੰਦ ਹੋਣੇ ਚਾਹੀਦੇ ਨੇ ਸਾਡੀ, ਉਹ ਦੁਬਾਰਾ ਬੰਦ ਹੋਣੀਆਂ ਚਾਹੀਦੀਆਂ ਸਾਡੀਆਂ ਜੀ। ਫਾਜ਼ਿਲਕਾ ਕੇ ਸੰਜੀਵ ਸਿਨੇਮਾ ਚੌਕ ਕਾ ਇਹ ਦ੍ਰਿਸ਼ ਹੈ, ਜਹਾਂ ਪਰ ਵਿਜੇ ਕਲੋਨੀ ਕੇ ਨਿਵਾਸੀਓ ਦੁਆਰਾ ਧਰਨਾ ਦਿਆ ਜਾ ਰਿਹਾ ਹੈ। ਵਿਜੇ ਕਲੋਨੀ ਕੇ ਨਿਵਾਸੀਓ ਕੇ ਧਰਨਾ ਦੇਣ ਕੇ ਬਾਅਦ ਯਹਾਂ ਟ੍ਰੈਫਿਕ ਜਾਮ ਹੋ ਗਿਆ, ਪੁਲਿਸ ਮੌਕੇ ਪਰ ਪਹੁੰਚ ਗਈ। ਫਾਜ਼ਿਲਕਾ ਕੇ DSP ਜਗਦੀਸ਼ ਕੁਮਾਰ ਵੀ ਯਹਾਂ ਪਰ ਦਲਬਲ ਕੇ ਸਾਥ ਪਹੁੰਚ ਗਏ। ਉਨਕੇ ਦੁਆਰਾ ਯਹਾਂ ਪਰ ਪਹੁੰਚ ਕਰ ਵਿਜੇ ਕਲੋਨੀ ਕੇ ਨਿਵਾਸੀਓ ਕੀ ਬਾਤ ਸੁਣੀ ਗਈ। ਉਨ੍ਹੋਂਨੇ ਵਿਜੇ ਕਲੋਨੀ ਕੇ ਨਿਵਾਸੀਓ ਕੋ ਆਸ਼ਵਾਸਨ ਦਿਆ ਕਿ ਉਨਕੀ ਮੰਗ ਪਰ ਗੌਰ ਕੀਆ ਜਾਏਗਾ, ਮੌਕੇ ਕਾ ਮੁਆਇਨਾ ਕਰਕੇ ਕਲੋਨੀ ਨਿਵਾਸੀਓ ਕੋ ਪੂਰਨ ਰੂਪ ਸੇ ਇਨਸਾਫ ਦਿਆ ਜਾਏਗਾ। ਦੇਖ ਪ੍ਰਕਾਰ ਸੇ ਯਹਾਂ ਪਰ ਕਲੋਨੀ ਨਿਵਾਸੀਓ ਦੁਆਰਾ ਧਰਨਾ ਦਿਆ ਗਿਆ ਹੈ। ਯਹਾਂ ਪਰ ਟ੍ਰੈਫਿਕ ਜਾਮ ਕਰਕੇ ਆਪਣਾ ਰੋਸ ਜਤਾਇਆ ਜਾ ਰਿਹਾ ਹੈ। ਫਾਜ਼ਿਲਕਾ ਕੇ ਸੰਜੀਵ ਸਿਨੇਮਾ ਚੌਕ ਕਾ ਇਹ ਦ੍ਰਿਸ਼ ਹੈ, ਜਹਾਂ ਪਰ DSP ਜਗਦੀਸ਼ ਕੁਮਾਰ ਵੀ ਪਹੁੰਚ ਗਏ। ਆਪਕੋ ਲਾਈਵ ਕਵਰੇਜ ਦਿਖਾ ਰਹਾ ਹੂੰ, ਬਣੇ ਰਹੇ ਮੇਰੇ ਸਾਥ, ਦੇਖਤੇ ਰਹੇ ਮੇਰਾ ਚੈਨਲ। ਦੀਵਾਰੇ ਥੀ ਚਾਰ ਦੀਵਾਰੀ ਵੋ ਤੋੜ ਕੇ ਸੈਕਿੰਡ ਇਹਨਾਂ ਨੇ ਗੇਟ ਤਿੰਨ ਚਾਰ ਖੋਲ ਵੀ ਹੈ ਜੀ, ਅਤੇ ਸਾਰੇ ਵਿਜੇ ਕਲੋਨੀ ਵਾਸੀ ਸਾਰੇ ਇਕੱਠੇ ਹੋਏ ਹੈ ਜੀ। ਜੋ ਧੱਕੇਸ਼ਾਹੀ ਇਹਨਾਂ ਨੇ ਕੀ ਹੈ ਉਹ ਨਹੀਂ ਹੋਈ। ਇਸ ਝਗੜੇ ਬਾਬਤ ਕੇਸ ਕੀਤਾ ਹੈ, ਜਿਹਦੀ ਕੱਲ੍ਹ ਤਰੀਕ ਪੇਸ਼ੀ ਸੀਗੀ, ਉਹਦੇ 'ਚ ਅਸੀਂ ਦਰਖਾਸਤ ਲਗਾਈ ਹੈ ਵੀ ਮੌਕਾ ਵੇਖਿਆ ਜਾਵੇ, ਮੌਕੇ ਦੇ ਮੁਤਾਬਕ ਰਿਪੋਰਟ ਆ ਜਾਏਗੀ, ਜੋ ਅਦਾਲਤ ਫੈਸਲਾ ਕਰੇਗੀ ਉਹ ਲਾਗੂ ਹੋਏਗਾ। ਕੱਲ੍ਹ ਦੋਨੇ ਲਵਲੀ ਅਤੇ ਛਾਬੜਾ ਦੋਨੇ ਉੱਥੇ ਹਾਜ਼ਰ ਸੀਗੇ, ਇਹਨਾਂ ਦੀ ਹਾਜ਼ਰੀ ਦਿਖਾ ਦਿੱਤੀ ਗਈ ਹੈ। ਪਰ ਇਹਨਾਂ ਨੇ ਅੱਜ ਜੋ ਧੱਕਾਸ਼ਾਹੀ ਕੀਤੀ ਹੈ, ਜੋ ਗੁੰਡਾਗਰਦੀ ਕੀਤੀ ਹੈ, ਇਹ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਕਲੋਨੀ 'ਚ ਬਿਲਕੁਲ ਸੇਫ ਬੈਠੇ ਸੀ, ਜਦੋਂ ਕਲੋਨੀ 2007 ਦੀ ਕਲੋਨੀ ਬਣੀ ਸੀ, 11 ਸਾਲ ਹੋ ਗਏ, ਅਸੀਂ 11 ਸਾਲ 'ਚ ਕਲੋਨੀ ਡਿਵੈਲਪ ਕੀਤੀ ਹੈ। ਕਲੋਨੀ ਗਿਆ ਅੱਜ ਫਾਜ਼ਿਲਕਾ ਸ਼ਹਿਰ 'ਚ ਨੰਬਰ 1 ਦੀ ਕਲੋਨੀ ਹੈ,
ਤੇ ਲੇਕਿਨ ਇਹਨਾਂ ਧੱਕੇ ਜਾਈ ਕਰਕੇ ਜੀਰੋ ਕਲੋਨੀ ਕਰਤੀ ਅੱਜ। ਜੇ ਤੁਸੀਂ ਸਵੇਰੇ ਦੇਖਦੇ ਇਹਨਾਂ ਕੋਲ ਅਸਲਾ ਵੀ ਸੀਗਾ, ਡਾਂਗਾ ਸੀਗੀਆਂ, ਬੱਚੇ ਸੀ, ਚਾਕੂ ਸੀ, ਛੜਿਆ ਮੈਂ ਕਰ ਰਹੇ ਸੀਗੇ। ਤੇ ਤੁਸੀਂ ਕੋਈ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਵੀ ਇਸ ਤਰ੍ਹਾਂ ਹਥਿਆਰ ਲਗਾ ਰਹੇ? ਉਸ ਵੇਲੇ ਇੱਕ ਡੀਐਸਪੀ ਇਨਫੋਰਮ ਕੀਤਾ ਸੀਗਾ, ਇੱਕ ਏਐਸਆਈ ਆਇਆ ਸੀਗਾ, ਇੱਕ ਸਿਪਾਹੀ ਆਇਆ ਸੀਗਾ ਜੀ, ਕਹਿੰਦੇ 2 ਵਜੇ ਆ ਜਾਓ ਕਾਗਜ਼ ਲੈ ਕੇ ਜੀ। ਤੇ ਮੌਕੇ ਤੇ ਕੋਈ ਕਾਰਵਾਈ ਨਹੀਂ ਹੋਈ ਉਸ ਟਾਈਮ ਜੀ? ਕੌਣ ਕਰੇਗਾ ਕਾਰਵਾਈ? ਗੁੰਡਾਗਰਦੀ ਚਲਦੀ ਹੋਵੇ, ਅਸੀਂ ਪੁਲਿਸ ਦੀ ਗੱਲ ਕਰ ਰਹੇ, ਅਸੀਂ ਅਦਾਲਤ ਦੇ ਰਹਿਣ ਵਾਲੇ ਹਾਂ, ਸਾਨੂੰ ਪਤਾ ਵੀ ਕਾਨੂੰਨ ਦੇ ਸਾਡੇ ਹੱਥ ਬੰਨੇ ਹੋਏ ਆ, ਸਾਡੀ ਕਲੋਨੀ 'ਚ ਵੀ ਅਸਲੇ ਹੈਗੇ ਨੇ, ਸਾਡੇ ਵਰਤੇ ਜਾ ਸਕਦੇ ਨੇ, ਪਰ ਇਹਨਾਂ ਨੇ ਗੁੰਡਾਗਰਦੀ ਜੀ ਕੀਤੀ ਹੈ, ਇਹ ਬਰਦਾਸ਼ਤ ਪਰ। ਹੁਣ ਦੇਖੋ ਵੀ ਚਲੋ ਨਾਲ ਇਸ ਟਾਈਮ ਦਾਰੂ ਚੱਲ ਰਹੀ ਹੈ, ਇੰਜੋਏ ਕੀਤਾ ਜਾ ਰਿਹਾ, ਸ਼ਰਾਬ ਪੀਤੀ ਜਾ ਰਹੀ ਹੈ, ਇੰਜੋਏ ਕੀਤਾ ਜਾ ਰਿਹਾ ਵੀ ਜੋ ਅਸੀਂ ਜੋ ਅਸੀਂ ਗੁੰਡਾਗਰਦੀ ਕਰਨੀ ਕਰਨੀ ਕਰਦੀ, ਤੁਸੀਂ ਜੋ ਕਰਨਾ ਕਰ। ਹੁਣ ਕੀ ਮੰਗ ਹੈ ਤੁਹਾਡੀ ਜੀ? ਸਾਡੀ ਮੰਗ ਹੈ ਵੀ ਸਾਡੀ ਦੁਬਾਰਾ ਜੇ ਐਡਮਿਨਿਸਟ੍ਰੇਸ਼ਨ ਸਾਡੀ ਦੁਆਰ ਬਣਾਏਗੀ, ਇਹਨਾਂ ਕੋਲ ਕੋਟ ਖਾਲਾ ਕਰਕੇ, ਨਹੀਂ ਸਾਡਾ ਰੋਜ਼ ਧਰਨਾ ਲੱਗੇਗਾ, ਜਦ ਤੱਕ ਸਾਨੂੰ ਸਾਰ ਨਹੀਂ ਮਿਲੇਗਾ ਅਸੀਂ ਇੱਥੇ ਬੈਠਾਂਗੇ। ਪਰ ਐਡਮਿਨਿਸਟ੍ਰੇਸ਼ਨ ਤੋਂ ਤਾਂ ਕੋਈ ਮੰਗ ਹੀ ਨਹੀਂ ਕੀਤੀ, ਕੋਈ ਐਪਲੀਕੇਸ਼ਨ ਨਹੀਂ ਦਿੱਤੀ ਐਡਮਿਨਿਸਟ੍ਰੇਸ਼ਨ, ਐਪਲੀਕੇਸ਼ਨ ਅੱਜ ਸਵੇਰੇ ਅਸੀਂ ਜਦੋਂ ਅਦਾਲਤ 'ਚ ਅਸੀਂ ਚਲੇ ਗਏ ਹਾਂ, ਅਦਾਲਤ ਜਾਣ ਦਾ ਮਤਲਬ ਕੀ ਹੈ, ਅਸੀਂ ਲਾ ਅਬਾਈਡਿੰਗ ਹਾਂ, ਅਸੀਂ ਅਦਾਲਤ ਦੇ ਹੁਕਮ ਮੰਨੇ ਹਾਂ। ਰੋਸ ਪ੍ਰਗਟ ਕਰਨ ਵਾਸਤੇ ਆਏ ਹਾਂ, ਸਾਡੀ ਪ੍ਰਸ਼ਾਸਨ ਸੁਣੇ, ਜਾ ਕੇ ਅਰੈਸਟ ਕਰੇ, ਉਹਨਾਂ ਦੇ ਪਰਚਾ ਦੇਵੇ, ਉਹਨਾਂ ਦੇ ਕਾਨੂੰਨੀ। ਫਾਜ਼ਿਲਕਾ ਕੀ ਵਿਜੇ ਕਲੋਨੀ ਕੇ ਨਿਵਾਸੀਓ ਨੇ ਆਜ ਬੜੀ ਸੰਖਿਆ ਮੇਂ ਇਕੱਤ੍ਰਿਤ ਹੋਕਰ ਫਾਜ਼ਿਲਕਾ ਕੇ ਸੰਜੀਵ ਸਿਨੇਮਾ ਚੌਕ ਕੋ ਘੇਰ ਲਿਆ। ਯਹਾਂ ਪਰ ਉਨਕੇ ਦੁਆਰਾ ਨਾਅਰੇਬਾਜ਼ੀ ਕੀ ਗਈ, ਕਲੋਨਾਈਜ਼ਰ ਕੇ ਖਿਲਾਫ ਉਨਕੇ ਦੁਆਰਾ ਨਾਅਰੇਬਾਜ਼ੀ ਕੀ ਗਈ। ਇਸਕੇ ਸਾਥ ਉਨਕਾ ਕਹਿਣਾ ਥਾ ਕਿ ਉਨ੍ਹੋਂਨੇ ਇਸ ਬਾਬਤ ਫਾਜ਼ਿਲਕਾ ਪੁਲਿਸ ਕੋ ਸੂਚਨਾ ਦੀ, ਲੇਕਿਨ ਪੁਲਿਸ ਦੁਆਰਾ ਕਿਸੀ ਪ੍ਰਕਾਰ ਸੇ ਕਾਰਵਾਈ ਨਹੀਂ ਕੀਏ ਜਾਣੇ ਪਰ ਉਨਕੇ ਦੁਆਰਾ ਧਰਨਾ ਦਿਆ ਗਿਆ। ਜਬ ਉਨਸੇ ਪੁੱਛਾ ਗਿਆ ਕਿ ਉਨ੍ਹੋਂਨੇ ਪ੍ਰਸ਼ਾਸਨ ਕੋ ਕਿਸੀ ਪ੍ਰਕਾਰ ਕੀ ਲਿਖਿਤ ਸ਼ਿਕਾਇਤ ਦੀ ਹੈ, ਤੋ ਉਨ੍ਹੋਂਨੇ ਇਸ ਬਾਤ ਸੇ ਸਾਫ਼ ਇਨਕਾਰ ਕੀਆ ਕਿ ਉਨਕੇ ਦੁਆਰਾ ਕਿਸੀ ਪ੍ਰਕਾਰ ਕੀ ਸ਼ਿਕਾਇਤ ਤੋ ਨਹੀਂ ਦੀ ਗਈ ਹੈ, ਲੇਕਿਨ ਵੇ ਅਬ ਧਰਨਾ ਲਗਾ ਕਰ ਆਪਣੀ ਮੰਗ ਪ੍ਰਸ਼ਾਸਨ ਤੱਕ ਪਹੁੰਚਾਣੇ ਕਾ ਪ੍ਰਯਾਸ ਕਰ ਰਹੇ ਹੈ। ਦਿੱਕਤ ਕਾਰ ਸੇ ਵਿਜੇ ਕਲੋਨੀ ਕੇ ਨਿਵਾਸੀਓ ਦੁਆਰਾ ਯਹਾਂ ਪਰ ਧਰਨਾ ਲਗਾ ਕਰ ਟ੍ਰੈਫਿਕ ਜਾਮ ਕੀਆ ਗਿਆ ਹੈ। ਮੌਕੇ ਪਰ ਫਾਜ਼ਿਲਕਾ ਕੇ ਡੀਐਸਪੀ ਜਗਦੀਸ਼ ਕੁਮਾਰ ਵੀ ਪਹੁੰਚ ਗਏ, ਉਨਕੇ ਦੁਆਰਾ ਕਲੋਨੀ ਨਿਵਾਸੀਓ ਕੋ ਸਮਝਾਇਆ ਗਿਆ। ਅੱਜ ਦਾ ਧਰਨਾ ਸਾਰੇ ਫਾਜ਼ਿਲਕਾ ਪਤਾ ਲੱਗ ਚੁੱਕਿਆ ਹੈ, ਡੀਐਸਪੀ ਜਗਦੀਸ਼ ਜੀ ਬਹੁਤ ਵਧੀਆ ਇਨਸਾਨ ਨੇ, ਪਹਿਲਾਂ ਅਸੀਂ ਬੈਠੇ ਰਹਿੰਦੇ ਇੱਥੇ ਸਦਨ 'ਚ, ਇਹਨਾਂ ਸਾਨੂੰ ਸ਼ੋਰ ਕੀਤਾ ਵੀ ਸਾਨੂੰ ਇਨਸਾਫ ਮਿਲੇਗਾ, ਲੇਕਿਨ ਪਰ ਜੋ ਹਾਲਾਤ ਸਾਡੇ ਨਾਲ ਬੀਤੇ ਨੇ ਉਹਦੇ ਨਾਲ ਸਾਡੀ ਜਿਹੜੀ ਵਿਜੇ ਕਲੋਨੀ ਸਾਰੀ ਭੜਕੀ ਪਈ ਹੈ, ਉਹਨੂੰ ਸ਼ਾਂਤ ਕਰਨ ਵਾਸਤੇ ਟਾਈਮ ਲੱਗੇਗਾ। ਡੀਐਸਪੀ ਸਾਹਿਬ ਇਸ਼ੋਰ ਕਰਦੇ ਨੇ ਵੀ ਤੁਸੀਂ ਜਾ ਕੇ ਸਾਡੇ ਦੀਵਾਰ ਬਣਾਓ, ਇਹ ਜੀ ਇਸ਼ੋਰ ਕਰਦੇ ਸਾਨੂੰ ਫੋਰਸ ਪ੍ਰੋਵਾਈਡ ਕਰਨ, ਅਸੀਂ ਧਰਨਾ ਚੱਕਣ ਨੂੰ ਤਿਆਰ ਬੈਠੇ, ਨਹੀਂ ਤਾਂ ਇਹ ਰੋਜ਼ ਪਏ ਧਰਨਾ ਰੋਜ਼ ਲੱਗੇਗਾ, ਜਦ ਤੱਕ ਸਾਨੂੰ ਇਨਸਾਨ ਨਹੀਂ ਮਿਲੇਗਾ, ਜਦ ਦੀਵਾਰ ਨਹੀਂ ਹੋਏਗੀ ਇਹ ਵੀ ਚੱਲੇਗਾ, ਅਸੀਂ ਇੱਥੇ ਬੈਠਾਂਗੇ, ਪਰਿਵਾਰ ਸਮੇਤ ਆ ਕੇ ਬੈਠਾਂਗੇ, ਭੁਖੜਤਾ ਦੀ ਬੈਠਾਂਗੇ ਜੀ। ਮੈਡਮ ਤੁਸੀਂ ਧਰਨਾ ਚੱਕ ਰਹੇ ਹੋ ਕਿ ਲਾ ਰਹੇ ਹੋ? ਕੀ ਇਹ ਚੱਲੇਗਾ ਜੀ? ਜਦ ਤੱਕ ਇਨਸ਼ੋਰ ਨਹੀਂ ਕਰਾਂਗੇ ਵੀ ਜਾ ਕੇ ਕੱਲ ਕਰ ਲਓ। ਮੌਕੇ ਪਰ ਪਹੁੰਚੇ ਫਾਜ਼ਿਲਕਾ ਕੇ ਡੀਐਸਪੀ ਨੇ ਕਲੋਨੀ ਨਿਵਾਸੀਓ ਕੀ ਮੰਗ ਕੋ ਮਾਨ ਲਿਆ। ਉਹਨਾਂ ਨੇ ਕਿਹਾ ਕਿ ਮੌਕੇ ਕਾ ਮੁਆਇਨਾ ਕਰਕੇ ਤਫਤੀਸ਼ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸਕੇ ਖਿਲਾਫ਼ ਕਾਰਵਾਈ ਕੀ ਜਾਏਗੀ। ਇਸਕੇ ਸਾਥ ਹੀ ਕਲੋਨੀ ਕੀ ਤੋੜੀ ਗਈ ਦੀਵਾਰੋਂ ਕੋ ਵੀ ਬਨਵਾਨੇ ਕਾ ਪ੍ਰਯਾਸ ਕੀਆ ਜਾਏਗਾ। ਆਪਕੋ ਲਾਈਵ ਕਵਰੇਜ ਦਿਖਾ ਰਹਾ ਹੂੰ, ਬਣੇ ਰਹੇ ਮੇਰੇ ਸਾਥ, ਦੇਖਤੇ ਰਹੇ ਮੇਰਾ ਚੈਨਲ, ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਕੀ ਮੁੱਦਾ ਹੈ ਜੀ, ਕਿਉਂ ਇਹਨਾਂ ਨੇ ਧਰਨਾ ਲਗਾਇਆ ਜੀ ਇੱਥੇ? ਇਹ ਆਪਣਾ ਕੋਈ ਕਲੋਨੀ ਆ, ਵਿਜੇ ਕਲੋਨੀ ਨਾਲ ਕੋਈ ਨਵੀਂ ਕਲੋਨੀ ਬਣ ਰਹੀ ਹੈ, ਉਹਨੇ ਕਿ ਜਿਹੜੀ ਨਵੀਂ ਕਲੋਨੀ ਨੂੰ ਰਸਤੇ ਦੇ ਖਾਤਰ ਕੋਈ ਦੀਵਾਰ ਕਹਿੰਦੇ ਭੰਨ ਦਿੱਤੀ ਹੈ,
ਮਾਮਲਾ ਮੇਰੇ ਹੁਣੇ ਧਿਆਨ 'ਚ ਆਇਆ ਜਦੋਂ ਇੱਥੇ ਆਏ ਬੈਠੇ ਨੇ, ਨਾ ਸਵੇਰੇ ਮੈਂ ਦਫ਼ਤਰ ਦੇ ਵਿੱਚ ਕੋਈ ਦੱਸਿਆ ਨਹੀਂ, ਮੈਂ ਇਹਨਾਂ ਨੂੰ ਕਿਹਾ ਸਵੇਰੇ 9 ਵਜੇ ਆ ਕੇ ਜੋ ਵੀ ਪੰਡਿਤ ਜੀ ਹੁਣ ਕੋਈ ਹੈਗਾ ਤਾਂ ਅਸੀਂ ਦੇਖ ਲੈਂਦੇ। ਸਰ ਇਹਨਾਂ ਦਾ ਆਰੋਪ ਹੈ ਵੀ ਸਵੇਰ ਤੋਂ ਬਹੁਤ ਵਾਰੀ ਪੁਲਿਸ ਨੂੰ ਫੋਨ ਕਰਤਾ ਲੇਕਿਨ ਪੁਲਿਸ ਨਹੀਂ। ਮੈਂ ਸਾਰਾ ਦਿਨ ਦਫ਼ਤਰ ਬੈਠਾ ਰਿਹਾ, ਮੈਂ ਇਹਨਾਂ ਨੂੰ ਕਹੀ ਨਾ ਜੇ ਕੋਈ ASI ਨਹੀਂ ਸੁਣੀ ਸੀ, ਮੈਂ DSP ਇੱਥੇ ਬੈਠਾ ਚਾਰਜ ਬੈਠਾ ਜੀ, ਇੱਕ ਬੰਦੇ ਨੇ ਵੀ ਮੈਨੂੰ ਫੋਨ ਨਹੀਂ ਕੀਤਾ, ਨਾ ਹੀ ਮੇਰੇ ਕੋਲ ਕੋਈ ਆਇਆ। ਸਰ 400 ਬੰਦਾ ਆ ਕੇ ਸਰ ਕਲੋਨੀ ਡੰਗ ਲੈ ਕੇ ਖੜਾ ਸੀ ਯਾਰ, ਮੈਂ ਕਹੀ ਨਾ ਵੀ ਤੁਸੀਂ ਮੈਨੂੰ ਦੱਸਿਆ ਆ ਕੇ 900 ਵੀ ਕਰਨਾ ਚਾਹੁੰਦੇ ਆ, ਕੋਲੋਂ ਜਾ ਰਹੇ ਕੋਲੋਂ ਦੇ ਕੋਈ ਇੰਟਰਸਟ ਨਹੀਂ ਹੈਗਾ, ਕੋਲੋਂ ਮੇਰੇ ਪੈਸੇ ਚਾਹੀਦੇ ਆ, ਪੈਸੇ ਪਾਏ ਜੇਲ੍ਹ 'ਚ, ਬਾਕੀ ਜੇਲ੍ਹ ਪਹਾੜ ਦੇ ਵਿੱਚ, ਅਸੀਂ ਮਰਨਾ ਨਹੀਂ ਗਾ, ਅਸੀਂ ਇੱਥੇ ਮਰਾਂਗੇ ਜੀ, ਮਰਾਂਗੇ ਤਾਂ ਉੱਥੇ ਨਹੀਂ ਮਰਾਂਗੇ, ਅਸੀਂ ਸਾਡੀ ਕਲੋਨੀ ਇੰਡੀਪੈਂਡੈਂਟ ਹੈ, ਇੰਡੀਪੈਂਡੈਂਟ ਰਹੇਗੀ, ਲਵਲੀ ਨੂੰ ਪਾਸੇ ਕਰ ਦਿਆਂਗੇ, ਛਾਉੜ ਨੂੰ ਪਾਸੇ ਕਰ ਦਿਆਂਗੇ, ਇੱਧਰ ਸਾਡੇ ਦੁਸ਼ਮਣ ਨੇ, ਇਹਨਾਂ ਨੇ ਸਵੇਰੇ ਗੁੰਡਾਗਰਦੀ ਕੀਤੀ ਹੈ, ਉਹ ਬਰਦਾਸ਼ਤ ਨਹੀਂ ਹੋਏਗੀ, ਪੁਲਿਸ ਪਾਰਟੀ ਨੇ ਪੁਲਿਸ ਨੇ ਸਾਨੂੰ ਅਸ਼ੋਰ ਕੀਤਾ ਵੀ ਤੁਹਾਨੂੰ ਇਨਸਾਫ ਮਿਲੇਗਾ, ਬਾਕੀ ਕਲੋਨੀ ਜਿਵੇਂ ਸਾਡਾ ਸਾਥ ਦੇਗੀ ਅਸੀਂ ਇਕੱਠੇ ਚੱਲਾਂਗੇ, ਇਕੱਲਾ ਬੰਦਾ ਕੋਈ ਨਹੀਂ। ਹੁਣ ਧਰਨਾ ਸਮਾਪਤ ਕਰ ਰਹੇ ਹੋ ਕਿ ਲੱਗਿਆ ਰਹੇਗਾ ਜੀ? ਧਰਨਾ ਪ੍ਰਸ਼ਾਸਨ ਦੀ DSP ਸਾਹਿਬ ਦੇ ਅਸ਼ੋਰ ਕਰਨ ਦੇ ਅਸੀਂ ਧਰਨਾ ਸਮਾਪਤ ਕਰਦੇ ਹਾਂ, ਅੱਜ ਦਾ ਧਰਨਾ ਸਮਾਪਤ ਕਰਦੇ ਹਾਂ, ਅੱਜ ਦਾ ਜੇ ਸਾਡੀ ਸੁਣਵਾਈ ਨਾ ਆਈ ਸੁਣਾਈ ਨਾ ਆਈ ਤਾਂ ਕੱਲ ਫਿਰ ਇਸ ਬੱਚੇ ਹੋਗੇ, ਇਸ ਤੋਂ ਕਈ ਗੁਣਾ ਤਾਦਾਦ ਦੇ ਹੋਗੇ। ਵਿਜੇ ਕਲੋਨੀ ਜਿੰਦਾਬਾਦ, ਵਿਜੇ ਕਲੋਨੀ ਜਿੰਦਾਬਾਦ, ਤੇ ਉੱਥੇ ਕੋਈ ਪਲਾਟ ਲਈ